तो पहला ਸਤਿ ਸ਼੍ਰੀ ਅਕਾਲ ਜੀ। ਸਤਿ ਤੁਸੀਂ SHO ਮਹਿਤਪੁਰ ਦੇ ਵਿੱਚ ਆਏ ਆ ਜੀ ਆਇਆਂ ਨੂੰ ਸਭ ਤੋਂ ਪਹਿਲਾਂ ਤੁਹਾਨੂੰ ਕੋਈ ਨਵੀਆਂ ਤੁਹਾਡੀਆਂ ਪਾਲਿਸੀਆਂ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਨਸ਼ਾ ਬਹੁਤ ਜ਼ੋਰਾਂ ਤੇ ਆ। ਬਿਲਕੁਲ ਜੀ ਬਿਲਕੁਲ ਧੰਨਵਾਦ ਜੀ ਪਹਿਲਾਂ ਤਾਂ ਤੁਹਾਡਾ ਇੱਥੇ ਆਉਣ ਤੇ ਮੈਂ ਇਹ ਮੰਨੂ ਕਿ ਸਾਡੇ ਜਿਹੜੇ SSP ਸਰਦਾਰ ਮੁਖਿੰਦਰ ਸਿੰਘ ਭੁੱਲਰ ਜੀ ਨੇ ਮੈਨੂੰ ਜਿਹੜਾ ਇੱਥੇ ਮਹਿਤਪੁਰ ਥਾਣੇ ਦਾ ਜਿਹੜਾ ਚਾਰਜ ਦਿੱਤਾ ਤੇ ਨਾਲ ਉਹਨਾਂ ਵੱਲੋਂ ਜਿਹੜੀਆਂ ਹਦਾਇਤਾਂ ਵੀ ਸਾਨੂੰ ਨਾਲ ਹੀ ਉਸੇ ਵੇਲੇ ਬਰੀਫ ਕੀਤਾ ਜਾਂਦਾ ਜੀ ਬਕਾਇਦਾ। ਕੱਲ੍ਹ CM ਸਾਹਿਬ ਦੀ ਮੀਟਿੰਗ ਹੋਈ ਹੈ ਚੰਡੀਗੜ੍ਹ ਵਿੱਚ, SSP ਸਾਹਿਬ ਅਟੈਂਡ ਕਰਕੇ ਆਏ ਸੀ ਔਰ ਆ ਕੇ ਉਹਨਾਂ ਨੇ ਸਾਡੀ ਸਾਰੇ SHO ਨੂੰ ਸਪੈਸ਼ਲੀ ਬਰੀਫ ਕੀਤਾ। ਔਰ ਇੱਕ ਨੰਬਰ 'ਤੇ ਨਸ਼ੇ ਦਾ ਜਿਹੜਾ ਤੁਸੀਂ ਇਹਦੀ ਗੱਲ ਕਰਦੇ ਹੋ ਜੀ, ਉਹ ਨਸ਼ੇ 'ਤੇ ਗੱਲ ਹੋਈ ਹੈ ਵੀ ਸਾਨੂੰ ਟਾਸਕ ਦਿੱਤੇ ਨੇ ਜੀ ਬਿਲਕੁਲ ਜਿਹੜਾ ਮਾਨਯੋਗ DG ਸਾਹਿਬ ਜਿਹੜੀਆਂ ਉਹਦੇ ਉੱਤੇ ਕਾਫੀ ਬਰੀਕੀ ਨਾਲ ਜਿਹੜਾ ਉਹਨੂੰ ਡੂੰਘਾਈ ਨਾਲ ਲੈ ਰਹੇ ਨੇ ਜੀ। ਉਹ ਨਸ਼ਾ ਘਟਾਉਣ ਵਾਸਤੇ ਬੜਾ ਗਵਰਨਮੈਂਟ ਦਾ ਵੀ ਜ਼ੋਰ ਲੱਗਿਆ ਹੋਇਆ। ਅੱਛਾ ਜੀ, ਇਹਦੇ ਵਾਸਤੇ ਸਾਨੂੰ ਵੀ ਉਹਨਾਂ ਨੇ ਟਾਸਕ ਦਿੱਤਾ ਜੀ, ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਤੁਹਾਨੂੰ ਰਿਜ਼ਲਟ ਦੇਵਾਂਗੇ ਜੀ। ਬਿਲਕੁਲ ਇਹ ਥੋੜ੍ਹਾ ਕੰਮ ਅਜੇ ਅਰਲੀ ਸਟੇਜ 'ਤੇ ਹੈਗਾ ਜੀ। ਤੁਹਾਨੂੰ ਲੱਗਦਾ ਜਿਵੇਂ ਹੋ ਸਕਦਾ ਖਤਮ? ਬਿਲਕੁਲ ਜੀ, ਨਸ਼ਾ ਨਾ ਖਤਮ ਹੋਣ ਵਾਲੀ ਤਾਂ ਕੋਈ ਮੁਸ਼ਕਿਲ ਨਹੀਂ ਹੈਗੀ ਜੀ। ਇਹਦੇ ਵਿੱਚ ਇੱਕ ਗੱਲ ਇਹ ਜ਼ਰੂਰ ਹੈਗੀ ਹੈ ਵੀ ਨਾਲ ਸਾਨੂੰ ਜਿਹੜਾ ਆਮ ਪਬਲਿਕ ਦਾ ਜਿਹੜਾ ਸਹਿਯੋਗ ਹੈ ਜੀ, ਉਹਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਉਹਨਾਂ ਦੇ ਸਹਿਯੋਗ ਨਾਲ ਹੀ ਅਸੀਂ ਕਾਮਯਾਬ ਹੋਣਾ। ਬਿਲਕੁਲ, ਔਰ ਹੋਵਾਂਗੇ 'ਚ ਕੋਈ ਸ਼ੱਕ ਨਹੀਂ। ਜੇ ਅੱਤਵਾਦ ਖਤਮ ਹੋ ਸਕਦਾ ਤਾਂ ਨਸ਼ੇ ਨੂੰ ਇਹ ਥੋੜ੍ਹਾ ਜਿਹਾ ਜਿੱਦਾਂ ਸਾਇਲੈਂਟ ਕਹਿ ਸਕਦੇ ਹਾਂ, ਇੱਕ ਹੈ ਤਾਂ ਇਹ ਵੀ ਇੱਕ ਉਸ ਤਰ੍ਹਾਂ ਦੀ ਵੀ ਸਥਿਤੀ ਬਣੀ ਸੀਗੀ ਤੇ ਇਹਨੂੰ ਵੀ ਬਿਲਕੁਲ ਜੀ ਕਰਨ ਵਾਸਤੇ ਖਤਮ ਕਰਨ ਲਈ ਪੂਰਾ ਗੌਰਮੈਂਟ ਵੱਲੋਂ ਪੂਰਾ ਪ੍ਰਪੋਜ਼ਲਾਂ ਜਿਹੜੀਆਂ ਨੇ ਅਲੱਗ ਅਲੱਗ ਇਹਦੇ ਵਿੱਚ ਹੁਣ ਲੋਕਾਂ ਦੇ ਵਿੱਚ ਇੱਕ ਹੋਰ ਨਾਲ ਅਸੀਂ ਜਿਹੜੇ ਹੈਗੇ ਨੇ ਕੰਜ਼ਿਊਮਰ ਜਿਹੜੇ ਹੈਗੇ ਨੇ ਜਿਹੜੇ ਨਸ਼ਾ ਕਰਦੇ ਨੇ ਜੀ, ਜਿਹੜੇ ਵੇਚਦੇ ਨਹੀਂ ਇਕੱਲਾ ਕਰਦੇ ਨੇ, ਉਹਨਾਂ ਨੂੰ ਨਾਲ ਅਸੀਂ ਕਾਉਂਸਲਿੰਗ ਕਰਕੇ ਉਹਨਾਂ ਨੂੰ ਵੀ ਇਹਦੇ ਬਾਰੇ ਅਵੇਅਰ ਕਰ ਰਹੇ ਹਾਂ ਤੇ ਮਤਲਬ ਜਿਹੜੀ ਇਹਦੀ ਕੰਜਪਸ਼ਨ ਘਟਾਈ ਜਾਵੇ ਕਿਉਂਕਿ ਡਿਮਾਂਡ ਐਂਡ ਸਪਲਾਈ ਜਿਹੜੀ ਨਾਲ ਨਾਲ ਦੋਨੋਂ ਚੀਜ਼ਾਂ ਇਕੱਠੀਆਂ ਚੱਲਦੀਆਂ ਨੇ। ਅਗਰ ਉਹਦੀ ਡਿਮਾਂਡ ਘਟਾਈ ਜਾਵੇ ਕਿ ਇਸ ਪਹਿਲੂ ਤੋਂ ਪਹਿਲਾਂ ਕਦੀ ਪੁਲਿਸ ਨੇ ਕੰਮ ਨਹੀਂ ਸੀ ਕੀਤਾ, ਜਿਹੜਾ ਇਸ ਟਾਈਮ ਜਿਹੜਾ ਕਿ ਇੱਕ ਨਵੀਂ ਜਿਹੜੀ ਸਾਨੂੰ ਉੱਥੋਂ ਮਾਨਯੋਗ DGP ਸਾਹਿਬ ਵੱਲੋਂ ਜਾਂ CM ਸਾਹਿਬ ਵੱਲੋਂ ਜਿਹੜੀਆਂ ਇਹ ਚੀਜ਼ਾਂ ਦੇ ਬਾਰੇ ਬਰੀਫ ਕੀਤਾ ਗਿਆ। ਜਿਵੇਂ ਸਰ ਇਲਾਕੇ ਦੇ ਵਿੱਚ ਜਿਵੇਂ ਲੁੱਟਾਂ ਮਾਰਾਂ ਦੀ ਖੋਹ ਬਹੁਤ, ਇਹ ਮਤਲਬ ਬਹੁਤ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ, ਥੋੜ੍ਹੇ ਦਿਨ ਪਹਿਲਾਂ ਵੀ ਇੱਥੇ ਪਰਚੀਆਂ ਵੀ ਇੱਕ ਐਕਸੀਡੈਂਟ ਹੋਇਆ ਜਿਵੇਂ ਨੌਜਵਾਨ ਦੀ ਮੌਤ ਹੋਈ ਹੈ, ਇੱਦਾਂ ਦੀਆਂ ਬਹੁਤ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਇਲਾਕੇ ਦੇ ਵਿੱਚ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹ ਵੀ ਬਿਲਕੁਲ ਜੀ, ਹੁਣ ਸਾਡੇ ਕੋਲ ਜਿਹੜੀਆਂ ਇੱਕ ਤਾਂ ਸਾਡਾ PCR ਚੱਲਦਾ ਜੀ, ਦੂਜਾ ਹੁਣ ਅਸੀਂ ਜਿਹੜੇ ਮੇਰੇ ਨਾਲ ਮੁੰਡੇ ਜਿਹੜੇ ਜਿੱਦਾਂ ਮੈਂ ਹੁਣ ਥਾਣੇ ਬੈਠਾ ਇਸ ਟਾਈਮ, ਉਹਨਾਂ ਨੂੰ ਵੀ ਇਹੀ ਹਦਾਇਤ ਕੀਤੀ ਹੋਈ ਹੈ ਵੀ ਤੁਸੀਂ ਵੀ ਨਕਬੰਦੀ ਜਿਹੜੀ ਅਲੱਗ ਅਲੱਗ ਸ਼ਿਫਟਿੰਗ ਨਕਬੰਦੀ ਜਿਹੜੀ ਹੈ ਉਹ ਕਾਫੀ ਵਧੀਆ ਕੰਮ ਕਰਦਾ ਹੈ ਕਿਉਂਕਿ ਅਗਰ ਅਸੀਂ ਇੱਕੋ ਜਗ੍ਹਾ ਨਕਲ ਲਾਉਂਦੇ ਹਾਂ ਤਾਂ ਉਹ ਜਿਹੜੇ ਮਾੜੇ ਅਨਸਰ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਉੱਥੇ ਨਕਲ ਲੱਗਾ, ਉਸ ਸਾਈਡ ਨੂੰ ਨਹੀਂ ਜਾਂਦੇ। ਬਿਲਕੁਲ, ਲੇਕਿਨ ਅਸੀਂ ਹੁਣ ਨੱਕਾ ਇਸ ਤਰ੍ਹਾਂ ਹੀ ਲਾਉਂਦੇ ਹਾਂ ਜੀ, ਲੇਕਿਨ ਘੰਟਾ ਇੱਕ ਜਗ੍ਹਾ ਲਾ ਲਿਆ, ਘੰਟਾ ਉਸ ਤੋਂ ਓਪੋਜਿਟ ਸਾਈਡ ਚਲੇ ਗਏ, ਇਸ ਕਰਕੇ ਨਾਲ ਨਾਲ ਅਸੀਂ ਵੀ ਉਹਦਾ ਬਿਲਕੁਲ ਮੁਕਾਬਲਾ ਕਰਨ ਵਾਸਤੇ ਜੀ ਆਪਣੀ ਰਣਨੀਤੀ ਬਿਲਕੁਲ ਘੜ ਰਹੇ ਹਾਂ ਜੀ, ਕੰਮ ਕਰ ਰਹੇ ਹਾਂ ਜੀ। ਇੱਕ ਜਿਵੇਂ SHO ਸਾਹਿਬ ਦੀ ਜਿਵੇਂ ਹੁਣ ਪਿਛਲੇ ਸੀਗੇ ਜਤਿੰਦਰ ਕੁਮਾਰ ਜੀ, 6 ਮਹੀਨੇ ਉਹਨਾਂ ਨੇ ਮਤਲਬ 6-7 ਮਹੀਨੇ ਬਾਅਦ ਥੋੜ੍ਹਾ ਸਾਲ ਤੋਂ ਪਹਿਲਾਂ ਪਹਿਲਾਂ ਹੀ ਜਿਹੜਾ ਚੇਂਜ ਕਰ ਦਿੱਤੇ ਜਾਂਦੇ ਆ, ਲੱਗਦਾ ਨਹੀਂ ਵੀ ਸਾਲ ਇੱਕ ਦੇ ਵਿੱਚ ਤੇ ਪਤਾ ਹੀ ਲੱਗਦਾ ਵੀ ਕਿਹੜਾ ਅਨਸਰ ਕਿੱਥੇ ਆ ਜਾਂ ਇਲਾਕੇ ਦਾ ਹੀ ਪਤਾ ਲੱਗਦਾ ਵੀ ਇਹਦੇ ਵਿੱਚ ਇਸ ਤਰ੍ਹਾਂ? ਇਹ ਤਾਂ ਹੁਣ ਸਾਡੇ ਜਿਹੜੇ ਮਾਨਯੋਗ ਜਿਹੜੇ ਅਫਸਰ ਹੈਗੇ ਨੇ ਉਹਨਾਂ ਨੂੰ ਉਹਨਾਂ ਦੇਖਣਾ ਹੁੰਦਾ ਹਰੇਕ ਬੰਦੇ ਨੂੰ ਕਿਹੜਾ ਬੰਦਾ ਕਿੱਥੇ ਜ਼ਿਆਦਾ ਵਧੀਆ ਕੰਮ ਕਰ ਸਕਦਾ। ਇਹ ਅੱਜ ਕੱਲ੍ਹ ਚਲੋ ਉਹ ਪਹਿਲਾਂ ਹੁੰਦਾ ਸੀਗਾ, ਟਾਈਮ ਲੱਗਦਾ ਸੀ ਪਤਾ ਲੱਗਣ ਨੂੰ, ਹੁਣ ਅੱਜ ਕੱਲ੍ਹ ਟੈਕਨੋਲੋਜੀ ਬਹੁਤ ਆ ਇਸ ਕਰਕੇ ਤੁਹਾਨੂੰ ਬੜੀ ਜਲਦੀ ਫੋਨਾਂ 'ਤੇ ਤੁਹਾਨੂੰ ਅਪਡੇਟ ਮਿਲ ਜਾਂਦਾ ਹੈ ਜੀ ਇਲਾਕੇ ਦੇ ਚੰਗੇ ਮਾੜੇ ਬੰਦਿਆਂ ਬਾਰੇ। ਔਰ ਅੱਜ ਕੱਲ੍ਹ ਕਾਫੀ ਜਿਹੜਾ ਉਹ ਟੈਕਨੀਕਲੀ ਕੰਮ ਜਿਹੜਾ ਅੱਜ ਕੱਲ੍ਹ ਖਾਸ ਤੌਰ 'ਤੇ ਨਸ਼ਿਆਂ ਦੇ ਉੱਤੇ ਜਿੱਦਾਂ ਅਸੀਂ ਕਰ ਰਹੇ ਹਾਂ ਅਤੇ ਇਸ ਕਰਕੇ ਠੀਕ ਹੈ। ਪਹਿਲੇ SHO ਸਾਹਿਬ ਵਧੀਆ ਕੰਮ ਕਰ ਰਹੇ ਸੀਗੇ, ਮੈਂ ਨਕੋਦਰ ਸੀਗਾ, ਉਹ ਨਾਲ ਦਾ ਏਰੀਆ ਹੈਗਾ, ਕੋਈ ਜ਼ਿਆਦਾ ਇੰਨੀ ਪ੍ਰੋਬਲਮ ਨਹੀਂ ਹੈਗੀ ਇਸ ਏਰੀਏ ਬਾਰੇ, ਸਾਨੂੰ ਵੀ ਕਾਫੀ ਪਹਿਲਾਂ ਵੀ ਪਤਾ ਸੀਗਾ। ਇਸ ਕਰਕੇ ਬਾਕੀ SHO ਸਾਹਿਬ ਵੱਲੋਂ ਬਹੁਤ ਵਧੀਆ ਸਾਨੂੰ ਜਿਹੜਾ ਮਤਲਬ ਹਰ ਪਲ ਜਿਹੜਾ ਮਤਲਬ ਵਧੀਆ ਸਾਨੂੰ ਗਾਈਡ ਵੀ ਕਰਦੇ ਨੇ ਔਰ ਨਾਲ ਸ਼ਾਬਾਸ਼ ਦੇ ਕੇ ਜਿਹੜਾ ਉਹ ਕੰਮ ਲੈਂਦੇ ਆ ਜੀ, ਔਰ ਸਾਡੀ ਰਿਕਵਰੀ ਵਗੈਰਾ ਅੱਛੀ ਹੈ ਜੀ, ਸਾਡੇ ਜਲੰਧਰ ਜ਼ਿਲ੍ਹੇ ਦਾ ਕਾਫੀ ਵਧੀਆ ਚੱਲ ਰਿਹਾ ਜੀ ਨਾਮ। ਪਬਲਿਕ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਪਬਲਿਕ ਨੂੰ ਇਹੀ ਸੁਨੇਹਾ ਜੀ ਵੀ ਪਬਲਿਕ ਜਿਹੜੀ ਹੈ ਉਹ ਸਾਨੂੰ ਖੁੱਲ੍ਹ ਕੇ ਸਾਡੇ ਨਾਲ ਗੱਲ ਕਰੇ ਜੀ, ਔਰ ਅਸੀਂ ਵੀ ਬਿਲਕੁਲ ਉਹਨਾਂ ਦੇ ਮਨ ਵਿੱਚ ਕੋਈ ਵੀ ਝਿਜਕ ਨਹੀਂ ਹੋਣੀ ਚਾਹੀਦੀ ਵੀ ਪੁਲਿਸ ਨਾਲ ਗੱਲ ਕੀਤਾ। ਦੇਖੋ ਸਮਾਜ ਔਰ ਪੁਲਿਸ ਜਿਹੜੀ ਆ ਇਹ ਇਕੱਠੇ ਹੋ ਕੇ ਕੰਮ ਕਰੂਗੀ ਤੇ ਕਾਮਯਾਬੀ ਬਹੁਤ ਜਲਦੀ, ਔਰ ਨਸ਼ੇ ਨੂੰ ਜਿਹੜਾ ਮੇਰੇ ਹਿਸਾਬ ਨਾਲ ਆਪਾਂ ਖਤਮ ਕਰ ਸਕਦੇ ਹਾਂ ਜੀ ਬਿਲਕੁਲ, ਔਰ ਇਸ ਟਾਈਮ ਸਭ ਤੋਂ ਪਹਿਲੀ ਲੋੜ ਇਹੀ ਹੈ ਜੀ। ਤੇ ਇਸ ਕਰਕੇ ਪਬਲਿਕ ਵੱਲੋਂ ਇਹ ਹੈ ਜੀ ਵੀ ਜਦੋਂ ਮਰਜ਼ੀ ਆ ਕੇ ਸਾਨੂੰ ਮਿਲ ਸਕਦੇ ਆ ਜੀ, ਕੋਈ ਥਾਣੇ 'ਚ ਨਹੀਂ ਆ ਕੇ ਗੱਲ ਕਰਨਾ ਚਾਹੁੰਦਾ, ਫੋਨ 'ਤੇ ਗੱਲ ਕਰਕੇ ਸਾਨੂੰ ਬਾਹਰ ਵੀ ਕਹਿਣ, ਕਈ ਬੰਦੇ ਜਿਹੜੇ ਝਿਜਕਦੇ ਨੇ ਵੀ ਥਾਣਾ ਪਤਾ ਨਹੀਂ ਕੀ ਹੈ ਥਾਣੇ 'ਚ ਆਉਣ ਦਾ, ਪਰ ਹੁਣ ਉਹ ਪਹਿਲਾਂ ਵਾਲੀ ਗੱਲ ਨਹੀਂ, ਹੁਣ ਫਰੈਂਡਲੀ ਮਾਹੌਲ ਹੈ ਜੀ ਬਿਲਕੁਲ, ਲੋਕਾਂ ਨੂੰ ਬਿਲਕੁਲ ਵੈਲਕਮ ਹੈ ਜੀ, ਕੰਮ ਹੈ ਤਾਂ ਵੀ ਠੀਕ ਹੈ, ਨਹੀਂ ਹੈਗਾ ਤਾਂ ਵੀ ਆ ਕੇ ਸਾਡੇ ਨਾਲ ਜ਼ਰੂਰ ਆਪਣਾ ਕੋਈ ਨਾ ਕੋਈ ਸੁਝਾਅ ਦੇ ਸਕਦੇ ਨੇ। ਔਰ ਲੋਕ ਡਰਦੇ ਸੀ ਪੁਲਿਸ ਤੋਂ ਪਹਿਲਾਂ ਜਿੱਦਾਂ ਪੁਲਿਸ ਦਾ ਥੋੜ੍ਹਾ ਜਿਹਾ ਉਹ ਇੱਕ ਅਲੱਗ ਇਮੇਜ ਹੁੰਦੀ ਸੀ ਜਦੋਂ ਅੱਤਵਾਦ ਦੇ ਟਾਈਮ ਦੇ
ਪਰ ਹੁਣ ਜਿਹੜਾ ਅੱਜ ਕੱਲ੍ਹ ਜਿਹੜਾ ਸਾਨੂੰ ਅਫਸਰਾਂ ਵੱਲੋਂ ਵੀ ਇਹੀ ਹੁੰਦਾ ਜੀ, ਸਭ ਤੋਂ ਇੱਕ ਨੰਬਰ 'ਤੇ ਇਹੀ ਪੁਆਇੰਟ ਹੁੰਦਾ ਵੀ ਤੁਸੀਂ ਪਬਲਿਕ ਡੀਲਿੰਗ ਵਧੀਆ ਕਰੋ, ਲੋਕਾਂ ਨੂੰ ਆਪਣਾ ਆਪਣਾ ਮਹਿਸੂਸ ਹੋਵੇ ਸਾਡੇ ਕੋਲ ਆ ਕੇ। ਔਰ ਮੇਰੇ ਖਿਆਲ ਦੇ ਵਿੱਚ ਕੋਈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀਆਂ, ਲੋਕ ਇਸ ਚੀਜ਼ ਨੂੰ ਸਾਡੇ ਕੋਲ ਆਉਣਗੇ ਤਾਂ ਉਹਨਾਂ ਨੂੰ ਲੱਗੇਗਾ ਵੀ ਬਿਲਕੁਲ ਨਹੀਂ, ਪੁਲਿਸ 'ਚ ਵੀ ਬਹੁਤ ਫਰਕ ਪੈ ਗਿਆ ਜੀ ਹੁਣ, ਆਪਣਾ ਆਪਣਾ ਮਹਿਸੂਸ ਹੁੰਦਾ। ਹਾਂਜੀ 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 ਬਿਲਕੁਲ, ਫ੍ਰੈਂਡਲੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਹਰ ਮੁਲਾਜ਼ਮ ਜਿਹੜਾ ਉਹ ਤਰੀਕੇ ਨਾਲ ਗੱਲ ਕਰਦਾ, ਬਹੁਤ ਵਧੀਆ ਪਹਿਲਾਂ ਉਹਨਾਂ ਦੀ ਅੱਖ ਹੀ ਹੋਰ ਹੁੰਦੀ ਸੀਗੀ ਮੁਲਾਜ਼ਮ ਦੀ, ਜੀ 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 ਦੇਖਣੀ 'ਚ ਹੀ ਫਰਕ ਹੁੰਦਾ ਸੀਗਾ। ਹਾਂਜੀ 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 ਬਿਲਕੁਲ ਬਿਲਕੁਲ, ਤੇ ਉਹ ਬੰਦਾ ਹਰ ਬੰਦਾ ਜਿਹੜਾ ਝਿਜਕਦਾ ਸੀ, ਡਰਦਾ ਸੀ ਗੱਲ ਕਰਨ ਤੋਂ। ਹਾਂਜੀ ਹਾਂਜੀ ਤੇ ਇਹੋ ਚੀਜ਼ ਆ ਸ਼ਾਇਦ ਅੱਜ ਜਿਹੜਾ ਵਾ ਪੰਜਾਬ ਜਿਹੜਾ ਵਾ ਛੇਵੇਂ ਦਰਿਆ ਵਿੱਚ ਜੂੰਝ ਰਹਿਣੀ, ਤੇ ਲੋਕ ਬਹੁਤ ਨੇ ਜਿਹੜੇ ਚੰਗੇ ਲੋਕ ਵੀ। ਬਿਲਕੁਲ ਬਿਲਕੁਲ ਜੀ, ਬਹੁਤ ਅੱਛਾ ਕੰਮ ਕਰਨ ਵਾਲੇ ਜਿਹੜੇ ਬੰਦੇ ਪੁਲਿਸ ਵਿੱਚ ਵੀ ਨੇ, ਪਬਲਿਕ ਵਿੱਚ ਵੀ ਨੇ ਜੀ, ਕੋਈ ਸ਼ੱਕ ਨਹੀਂ, ਹਰੇਕ ਬੰਦਾ ਜਿਹੜਾ ਦਰਦ ਮੰਦ ਹੈ ਜੀ, ਉਹਨੂੰ ਪੰਜਾਬ ਦੀ ਫਿਕਰ ਹੈ ਜੀ, ਪੰਜਾਬ ਨੂੰ ਫਿਰ ਵਧੀਆ। ਔਰ ਮਾਨ ਯੋਗ CM ਸਾਹਿਬ ਵੱਲੋਂ ਵੀ ਜਿਹੜੀ ਹੈ ਜੀ ਕੋਸ਼ਿਸ਼ ਪੂਰੀ ਹੈ ਜੀ, ਇਮਾਨਦਾਰੀ ਨਾਲ ਜਿਹੜਾ ਉਹ ਕੰਮ ਕਰ ਰਹੇ ਨੇ, ਤੇ ਇਸ ਕਰਕੇ ਪੂਰਾ ਕੋਈ ਨਹੀਂ, ਬਾਕੀ ਵਾਹਿਗੁਰੂ ਦੀ ਕਿਰਪਾ ਨਾਲ ਕੋਈ ਮੁਸ਼ਕਿਲ ਨਹੀਂ ਹੈ ਜੀ, ਬੜੀ ਜਲਦੀ ਇਹਨੂੰ ਠੀਕ ਕਰ ਸਕਦੇ ਹਾਂ ਜੀ ਆਪਾਂ। ਓਕੇ ਜੀ, ਓਕੇ।